ਨਾ ਸਿਰਫ ਸਟੂਡੈਂਟ ਵੀਜ਼ਾ ਦੇ ਕਰੋਨਾ ਦੇ ਵਿੱਚ ਤੇਜੀ ਨਾਲ ਬਦਲਾਅ ਆ ਰਹੇ ਨੇ ਬਲਕਿ ਕੁਝ ਹੋਰ ਵੀ ਖਾਸ ਗੱਲਾਂ ਨੇ ਜਿਨ੍ਹਾਂ ਦਾ ਸਟੂਡੈਂਟ ਸਮਾਜ ਦੀ ਡੇਢ ਦੇ ਵਿੱਚ ਧਿਆਨ ਰੱਖਣ ਦੀ ਬਹੁਤ ਜ਼ਰੂਰਤ ਹੈਗੀ ਆ ਆਪਾਂ ਜਾਣਦੇ ਹਾਂ ਕਿ ਅਗਲੇ ਸਾਲ ਕਰਨਾ ਦੇ ਵਿੱਚ ਇਲੈਕਸ਼ਨਸ ਡਿਊ ਨੇ ਇਲੈਕਸ਼ਨਸ ਪਹਿਲਾਂ ਵੀ ਹੋ ਸਕਦੀਆਂ ਨੇ ਕਿਉਂਕਿ ਬੇਪਰੋਸਕੀ ਦਾ ਮਤਾ ਟਰੂਡੋ ਗਵਰਨਮੈਂਟ ਨੇ ਐਸੇ ਹਫ਼ਤੇ ਉਹਦੇ ਚੋਂ ਉਹਨਾਂ ਦਾ ਬਚਾਅ ਹੋਇਆ ਵਾ ਬਟ ਕਿਸੇ ਵੀ ਟਾਈਮ ਸਰਕਾਰ ਦੇਖ ਸਕਦੀ ਔਰ ਇਲੈਕਸ਼ਨਸ ਪਹਿਲਾਂ ਵੀ ਹੋ ਸਕਦੀਆਂ ਨੇ ਕੀ ਹੈ ਸਾਰੀ ਗੱਲ ਮੈਂ ਛੋਟੀ ਜੀ ਡਿਸਕਸ਼ਨ ਇਸ ਵੀਡੀਓ ਚ ਅੱਜ ਇਸ ਟਾਪਿਕ ਤੇ ਕਰੂੰਗਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਐਮਕ ਕੈਨੇਡਾ ਇਮੀਗ੍ਰੇਸ਼ਨ ਦੇ ਇਸ YouTube ਚੈਨਲ ਦੇ ਉੱਪਰ ਮੇਰਾ ਨਾਮ ਪ੍ਰਤੀਪਾਲ ਸਿੰਘ ਹੈ ਮੈਂ ਇੱਕ ਲਾਇਸੈਂਸਡ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਹਾਂ ਇੱਕ ਛੋਟੀ ਜੀ ਗੁਜ਼ਾਰਿਸ਼ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਸਾਡੇ YouTube ਦੇ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਜਾਂ ਹੁਣ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਮੇਰੀ ਰਿਕੁਐਸਟ ਹੈ ਪਲੀਜ਼ ਸਬਸਕ੍ਰਾਈਬ ਕਰੋ ਅਸੀਂ ਬਹੁਤ ਤਰ੍ਹਾਂ ਦੀ ਇਨਫੋਰਮੇਟਿਵ ਵੀਡੀਓਜ਼ ਨੈਗਰੋ ਬੇਸਿਸ ਤੇ ਇਸੇ ਪਲੇਟਫਾਰਮ ਦੇ ਸਿਰ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਆ ਸੋ ਇੱਕ ਪਾਸੇ ਤਾਂ ਲਗਾਤਾਰ ਸਟੂਡੈਂਟ ਟੈਂਪਰੀ ਫੋਰ ਵਰਕਰਸ ਦੇ ਜਿਹੜੇ ਕਾਨੂੰਨ ਸੀ ਉਹ ਵੀ ਸਖਤ ਹੋ ਗਏ ਵਿਜ਼ਟਰ ਵੀਜ਼ਾ ਦੇ ਉੱਪਰ ਵੀ ਸਖਤੀ ਦਿਖਾ ਰਹੀ ਆ ਹੁਣ ਇਮੀਗ੍ਰੇਸ਼ਨ ਕੈਨੇਡਾ ਰੈਗੂਲਰ ਬੇਸਿਸ ਤੇ ਜਿਹੜੇ ਲੋਕ 에ਰਪੋਰਟ ਤੇ ਐਜ਼ ਅ ਵਿਜ਼ਟਰ ਆ ਰਹੇ ਨੇ ਉੱਥੇ ਵੀ ਤੁਹਾਡੀ ਸਕਰੂਟੀ ਅਧਿ ਨਾਲੋਂ ਜ਼ਿਆਦਾ ਆ ਇਹ ਨਹੀਂ ਕਿ ਹਰ ਬੰਦੇ ਨੂੰ ਵਾਪਸ ਭੇਜਿਆ ਜਾ ਰਿਹਾ ਵਾ ਬਟ ਬਹੁਤ ਸਾਰੇ ਲੋਕਾਂ ਨੂੰ ਹੁਣ ਆਈ ਦੀ ਰੇਟ ਦੇ ਵਿੱਚ ਕੈਨੇਡਾ ਦੇ 에ਰਪੋਰਟ ਤੋਂ ਵਾਪਸ ਭੇਜਿਆ ਜਾ ਰਿਹਾ ਹੈ ਜਿਨ੍ਹਾਂ ਦੀ ਸੰਖਿਆ 5 ਤੋਂ 6 ਗੁਣਾ ਜ਼ਿਆਦਾ ਹੋ ਗਈ ਹੈ ਜਿਹੜੀ ਨਾਰਮਲ ਪ੍ਰੋਸੈਸ ਦੇ ਵਿੱਚ ਹੁੰਦੀ ਆ ਸੋ ਇੱਕ ਤਾਂ ਤੁਹਾਨੂੰ ਇਹ ਕਾਸ ਖਾਸ ਧਿਆਨ ਰੱਖਣ ਦੀ ਲੋੜ ਆ ਦੂਜੇ ਪਾਸੇ ਜਿਹੜੇ ਵਿਜ਼ਿਟਰਸ ਕੈਨੇਡਾ ਦੇ ਵਿੱਚ ਇਹ ਸੋਚ ਕੇ ਆਉਂਦੇ ਸੀ ਕਿ ਉਹ ਆ ਕੇ ਇਥੇ ਇਲੀਗਲ ਤਰੀਕੇ ਨਾਲ ਕੰਮ ਕਰਨਗੇ ਉਹਨਾਂ ਤੇ ਵੀ ਹੁਣ ਇਹ ਨਿਦ੍ਰਿਸ਼ਣ ਕੈਨੇਡਾ ਬਹੁਤ ਤੇਜ਼ੀ ਨਾਲ ਸਿਕੰਜਾ ਕੱਸ ਰਹੀ ਆ ਤੇ ਸਟੂਡੈਂਟਸ ਦੇ ਅਗੇਸਟ ਜਿਹੜੇ ਸੈਂਟੀਮੈਂਟਸ ਨੇ ਸਪੈਸ਼ਲੀ ਕੈਨੇਡੀਅਨਸ ਦੇ ਇਹ ਵੀ ਦਿਨ-ਬਦਨ ਵੱਧੇ ਜਾ ਰਹੇ ਨੇ ਇਹਦੇ ਵਿੱਚ ਖਾਸ ਤੌਰ ਤੇ ਈਵਨ ਜਿਹੜੀ ਸਾਡਾ ਇੰਡੀਅਨ ਕਮਿਊਨਿਟੀ ਆ ਜਿਹੜੀ ਆਲਰੇਡੀ ਇੱਥੇ ਵਸੀ ਹੋਈ ਆ ਕੈਨੇਡਾ ਦੇ ਵਿੱਚ ਉਹਨਾਂ ਦੇ ਸੈਂਟੀਮੈਂਟਸ ਵੀ ਕਾਫੀ ਅਗੇਂਸਟ ਨੇ ਮੈਂ ਵੀ ਰੀਸੈਂਟਲੀ ਬ੍ਰੈਂਪਟਨ ਗਿਆ ਸੀਗਾ ਤੇ ਬ੍ਰੈਂਪਟਨ ਜਾ ਕੇ ਮੈਨੂੰ ਵੀ ਇਹ ਚ ਸਾਰਾ ਦੇਖਣ ਦਾ ਦੇਖਣ ਦਾ ਮੌਕਾ ਮਿਲਿਆ ਜਿੱਥੇ ਸਾਡੇ ਕੁਝ ਸਟੂਡੈਂਟਸ ਮੈਂ ਨਹੀਂ ਕਹਿੰਦਾ ਕਿ ਸਾਰੇ ਸਟੂਡੈਂਟਸ ਬਹੁਤ ਥੋੜੇ ਗਿਣਤੀ ਦੇ ਸਟੂਡੈਂਟਸ ਬਟ ਬਹੁਤ ਤਰ੍ਹਾਂ ਦੀ ਹੁੱਲੜਬਾਜੀ ਜਿਹੜੀ ਸ਼ਾਇਦ ਇੰਡੀਆ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦੀ ਉਹ ਅੱਜ ਦੀ ਡੇਟ ਦੀ ਵਿੱਚ ਡੇਰ ਦੇ ਵਿੱਚ ਕੈਨੇਡਾ ਦੇ ਵਿੱਚ ਦੇਖਣ ਨੂੰ ਮਿਲਦੀ ਆ ਪੰਜਾਬੀ ਸਟੂਡੈਂਟਸ ਦੇ ਦੁਆਰਾ ਸੋ ਇਹ ਦੇ ਕਰਕੇ ਬਹੁਤ ਸਾਰੇ ਜਿਹੜੇ ਸੈਂਟੀਮੈਂਟਸ ਨੇ ਖਾਸ ਤੌਰ ਤੇ इवन ਸਾਡੀ ਪੰਜਾਬੀ ਕਮਿਊਨਿਟੀ ਦੇ ਇਹ ਇੰਟਰਨੈਸ਼ਨਲ ਸਟੂਡੈਂਟਸ ਦੇ ਅਗੇਂਸਟ ਜਾ ਰਹੇ ਨੇ ਔਰ ਜਿਹੜਾ ਰੀਸੈਂਟ ਹੁਣ ਸਰਵੇ ਆਇਆ ਉਹਦੇ ਚ 60% ਤੋਂ ਜ਼ਿਆਦਾ ਇੱਕ ਸਰਵੇ ਦੇ ਵਿੱਚ 65% ਰਿਡਿਅਨ ਲੋਕ ਇਹ ਕਹਿੰਦੇ ਨੇ ਕਿ ਜਿਹਨੀਆਂ ਟੂਟੋ ਗਵਰਨਮੈਂਟ ਦੀ ਇਮੀਗ੍ਰੇਸ਼ਨ ਪਾਲਿਸਿਸ ਨੇ ਇਹਨਾਂ ਨੇ ਕੈਨੇਡਾ ਨੂੰ ਬਰਬਾਦ ਕਰ ਦਿੱਤਾ ਔਰ ਇਹਦੇ ਵਿੱਚ ਖਾਸ ਤੌਰ ਤੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਕੈਨੇਡਾ ਚ ਆਏ ਨੇ ਉਹਨਾਂ ਨੇ ਕੈਨੇਡਾ ਦੀ ਬੇਸਿਕ ਜਿਹੜੀ ਬੇਸਿਕ ਸਟਰਕਚਰ ਆ ਜਾਂ ਬੇਸਿਕ ਜਿਹੜਾ ਰਹਿਣ ਸਹਿਣਾ ਉਹਨੂੰ ਕਾਫੀ ੱੱਕਾ ਪਹੁੰਚਾਇਆ ਵਾ ਜਦ ਕਿ ਦੂਜੇ ਪਾਸੇ ਆਪਾਂ ਦੇਖੀਏ 37 ਬਿਲੀਅਨ ਤੋਂ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟਸ ਨੇ ਕੈਨੇਡਾ ਦੀ ਇਕਨੋਮੀ ਦੇ ਵਿੱਚ ਕੰਟਰੀਬਿਊਟ ਕੀਤਾ ਵਾ ਬਟ ਜਿਹੜੀ ਹੁੱਲੜਬਾਜੀ ਆ ਹਾਲਾਂਕਿ ਸਿਰਫ ਇਹ 4-5% ਸਟੂਡੈਂਟ ਹੀ ਹੋਣਗੇ ਜਾਂ ਉਸ ਤੋਂ ਵੀ ਘੱਟ ਹੋਣਗੇ 2% ਸਟੂਡੈਂਟ ਹੋਣਗੇ ਪਰ ਜਿਹੜੀ ਹੁੱਲੜਬਾਜੀ ਆ ਕਾਫੀ ਤਰ੍ਹਾਂ ਦੀ ਔਰ ਖਾਸ ਤੌਰ ਤੇ ਇਹ ਬ੍ਰੈਮਟਨ ਵਾਲੇ ਏਰੀਆ ਦੇ ਵਿੱਚ ਇੱਕ ਕਾਫੀ ਦੇਖਣ ਨੂੰ ਮਿਲਦੀ ਔਰ ਬੜੀ ਫ੍ਰੀਕੁਐਂਟ ਦੇਖਣ ਨੂੰ ਮਿਲਦੀ ਹੈ ਜਿਹਦੀਆਂ ਬੜੀਆਂ ਆਈ ਦਿਨ ਹੀ ਲੋਕ ਰੈਗੂਲਰ ਬੇਸਿਸ ਤੇ ਕਰਦੇ ਨੇ ਸੋ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਹੁਣ ਆ ਰਹੇ ਨੇ ਮੈਂ ਉਹਨਾਂ ਨੂੰ ਜ਼ਰੂਰ ਰਿਕੁਐਸਟ ਕਰੂੰਗਾ ਕਿ ਹੁਣ ਉਹ ਟਾਈਮ ਬੀਤ ਗਿਆ ਜਦ ਅਕਾਡਮੀ ਗਮੜ ਕਾਫੀ ਲਿਬਰਲ ਸੀਗੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਆਜੀ ਡੇਟ ਦੇ ਵਿੱਚ ਉਹ ਬਹੁਤ ਸਖਤ ਨੇ ਔਰ ਉਹ ਅਗਰ ਤੁਸੀਂ ਇਲੀਗਲ ਕੰਮ ਕਰਦੇ ਫੜੇ ਜਾਂਦੇ ਹੋ ਜਾਂ ਹੁਲੜਬਾਜੀ ਕਰਦੇ ਫੜੇ ਜਾਂਦੇ ਹੋ ਕਿਸ ਤਰੀਕੇ ਨਾਲ ਔਰ ਉਹ ਤੁਹਾਡਾ ਜਿਹੜਾ ਇਹ ਟੈਂਪੋਰਰੀ ਸਟੇਟਸ ਦਾ ਸਟੂਡੈਂਟ ਵੀਜ਼ਾ ਦਾ ਨਾ ਸਿਰਫ ਉਹ ਰਿਵੋਕ ਕਰ ਸਕਦੇ ਨੇ ਬਲਕਿ ਤੁਹਾਨੂੰ ਡਿਪੋਰਟ ਵੀ ਕੀਤਾ ਜਾ ਸਕਦਾ ਵਾ ਔਰ ਇਹ ਵੀ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਮੰਨ ਚ ਇਹ ਲੈ ਕੇ ਆ ਰਹੇ ਨੇ ਕਿ ਸ਼ਾਇਦ ਉਹ ਆਉਣ ਵਾਲੇ ਟਾਈਮ ਦੇ ਵਿੱਚ ਰੈਫਿਊਜੀ ਕਲੇਮੈਂਟ ਬਣ ਜਾਣਗੇ ਕੈਨੇਡਾ ਦੇ ਵਿੱਚ ਰੈਫਿਊਜੀ ਸਟੇਟਸ ਅਪਲਾਈ ਕਰ ਦੇਣਗੇ ਉਹਨਾਂ ਨੇ ਵੀ ਆਉਣ ਵਾਲੇ ਟਾਈਮ ਤੇ ਜਿਹੜੀ ਮੁਸ਼ਕਿਲਾਂ ਤਾਂ ਨੇ ਉਹ ਵਧਨਾਰੀਆਂ ਨੇ ਸੋ ਕੈਨ ਦਾ ਮਤਲਬ ਇਹ ਹੈ ਕਿ ਜਿਹੜੇ ਜੈਨੂਇਨ ਸਟੂਡੈਂਟਸ ਨੇ ਅੱਜ ਦੀ ਡੇਟ ਦੇ ਵਿੱਚ ਉਹੀ ਕੈਨ ਦਾ ਸਮਝ ਕੇ ਆਉਣ ਜਿਹੜਾ ਇਨ ਜੈਨੂਇਨ ਸਟੂਡੈਂਟ ਆ ਉਹਦੇ ਲਈ ਕੈਨੇਡਾ ਬਿਲਕੁਲ ਵੀ ਹੁਣ ਉਹ ਕੰਟਰੀ ਨਹੀਂ ਹੈਗਾ ਜੋ ਪਹਿਲਾਂ ਸੀਗਾ ਜਿੱਥੇ ਤੁਹਾਨੂੰ ਬਹੁਤ ਸਾਰੀ ਲਿਬਰਟੀ ਸੀਗੀ ਆਪਾਂ ਝੂਠੇ ਜੋਬ ਆਫਰ ਲੈਟਰ ਲੈ ਕੇ ਵੀ ਬਹੁਤ ਸਾਰੇ ਬਹੁਤ ਜ਼ਿਆਦਾ ਤੇ ਬਹੁਤ ਸਾਰੇ ਲੋਕ ਪੀਆਰ ਹੋ ਗਏ ਪਰਮਨੈਂਟ ਰੈਜ਼ੀਡੈਂਟ ਹੋ ਗਏ ਆਪਾਂ ਝੂਠਿਆਂ ਫਰਿਆਦਾ ਪਾ ਕੇ ਰਿਫਿਊਜੀ ਕਲੇਮ ਵੀ ਅਪਲਾਈ ਕਰ ਦਿੱਤੇ ਅੱਜ ਦੀ ਡੇਟ ਦੇ ਵਿੱਚ ਉਹ ਸਿਨੈਰੀਓ ਨਹੀਂ ਹੈਗਾ ਹੁਣ ਜਿਹੜੇ ਸੈਂਟੀਮੈਂਟਸ ਨੇ ਲੋਕਾਂ ਦੇ ਬਹੁਤ ਅਗੇਂਸਟ ਨੇ ਇਹੀ ਰੀਜ਼ਨ ਆ ਜਿਹਦੇ ਕਰਕੇ ਲਿਬਰਲ ਗਵਰਨਮੈਂਟ ਜਿਹੜੀ ਕੈਨੇਡਾ ਦੀ ਹੈ ਉਹ ਬਹੁਤ ਸਖਤੀ ਵਰਤ ਰਹੀ ਹੈ ਜਿੱਥੇ ਇੱਕ ਟਾਈਮ ਤੇ ਉਹ ਕਾਫੀ ਫੇਵਰ ਵਿੱਚ ਸੀਗੇ ਖਾਸ ਤੌਰ ਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਸੋ ਹੁਣ ਜਿਹੜਾ ਟਾਈਮ ਆ ਉਹ ਸਟੂਡੈਂਟਸ ਨੂੰ ਮੈਂ ਕਹਾਂਗਾ ਕਿ ਪੜਾਈ ਵਾਲੇ ਜਿਹੜੇ ਸਟੂਡੈਂਟਸ ਨੇ ਉਹਨਾਂ ਲਈ ਕੈਨੇਡਾ ਦੇ ਵਿੱਚ ਕੋਈ ਟ੍ਰਬਲ ਨਹੀਂ ਹੈਗੀ ਅਗਰ ਤੁਸੀਂ ਯੂਨੀਵਰਸਿਟੀ ਲੈਵਲ ਤੇ ਆਉਨੇ ਹੋ ਪੜਨ ਤਾਂ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਕਾਨੂੰਨ ਨੇ ਇਹਨਾਂ 'ਚ ਕੋਈ ਬਦਲਾਅ ਨਹੀਂ ਆਉਣਾ 3 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੁਹਾਨੂੰ ਮਿਲੂਗਾ ਜੇ ਤੁਸੀਂ ਬੈਚਲਰਸ ਜਾਂ ਮਾਸਟਰਸ ਕਰਨ ਆਉਨੇ ਹੋ ਅਗਰ ਤੁਸੀਂ ਡਿਪਲੋਮਾ ਕਰਨ ਕਾਲਜ ਵਿੱਚ ਆਉਨੇ ਹੋ ਫਿਰ ਤੁਹਾਨੂੰ ਜੁਰੂਰ ਸਿਚੁਏਸ਼ਨ ਦੀ ਲੋੜ ਆ ਤੁਹਾਨੂੰ ਉਹ ਪ੍ਰੋਗਰਾਮ ਲੈ ਕੇ ਆਉਣਾ ਪੈਣਾ ਵਾ ਜਿਹੜਾ ਪ੍ਰੋਗਰਾਮ ਕਰੋ ਤੁਹਾਨੂੰ ਪੋਸਟ ਗ੍ਰੈਜੂ ਜੇ ਕਿ ਸਕਿੱਲ ਸ਼ੋਰਟੇਜ ਆ ਕੈਨੇਡਾ ਦੀ ਉਹਨੂੰ ਐਡਰੈਸ ਕਰਦਾ ਹੋਵੇ ਪਰ ਨਾਲ ਦੇ ਨਾਲ ਇਹ ਗੱਲ ਖਾਸ ਖਿਆਲ ਰੱਖਣ ਦੀ ਲੋੜ ਆ ਅੱਜ ਵੀ ਸਟੂਡੈਂਟ ਸੋਚਦੇ ਨੇ ਕਿ ਸਿਰਫ ਇੱਕ ਜੌਬ ਆਫਰ ਆਉਣ ਨਾਲ ਹੀ ਸ਼ਾਇਦ ਉਹਨਾਂ ਦਾ ਰਸਤਾ ਕੈਨੇਡਾ 'ਚ ਖੁੱਲ ਜਾਊਗਾ ਜਿਹੜੇ ਸਟੂਡੈਂਟ ਜੈਨੂ ਨਹੀਂ ਹੈਗੇ ਜਾਂ ਜਿਹੜੇ ਪੜ੍ਹਨਾ ਨਹੀਂ ਚਾਹੁੰਦੇ ਉਹਨਾਂ ਲਈ ਕੈਨੇਡਾ ਦੇ ਵਿੱਚ ਅੱਜ ਦੀ ਡੇਟ 'ਚ ਬਹੁਤ ਔਖਈਆ ਔਰ ਆਨ ਟਾਈਮ ਤੇ ਬਹੁਤ ਵੱਡੀਆਂ ਬ੍ਰੇਕਾਂ ਨੇ ਸੋ ਇਹ ਸੋਚ ਸਮਝ ਕੇ ਬਿਲਕੁਲ ਨਾ ਆਇਓ ਕਿ ਕੈਨੇਡਾ 'ਚ ਬਿਨਾਂ ਪੜ੍ਹੇ ਜਾਂ ਜਿਹੜੇ ਝੂਠੇ ਕਾਲਜ ਨੇ ਉਹਨਾਂ ਵਿੱਚ ਐਡਮਿਸ਼ਨ ਲੈ ਕੇ ਤੁਸੀਂ ਤੁਹਾਡਾ ਫਿਊਚਰ ਕੋਈ ਬਣ ਜਾਊਗਾ ਤੁਸੀਂ ਕੈਨੇਡਾ ਦੇ ਵਿੱਚ ਰਹਿ ਪਾਓਗੇ ਅੱਗੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈ ਪਾਓਗੇ ਜਾਂ ਘੱਟ ਨੂੰ ਪੀਆਰ ਦਾ ਸੁਪਨਾ ਵੀ ਪੂਰਾ ਕਰ ਪਾਓਗੇ ਸੋ ਮੈਂ ਫੇਰ ਕਹਿ ਰਿਹਾ ਕਿ ਕਹਿੰਦਾ ਅੱਜ ਵੀ ਬਹੁਤ ਚੰਗਾ ਡੈਸਟੀਨੇਸ਼ਨ ਆ ਫੋਰਥ ਬੈਸਟ ਕੰਟਰੀ ਇਨ ਦਾ ਵਰਲਡ ਰੀਸੈਂਟਲੀ ਅਨਾਉਂਸ ਹੋਇਆ ਵਾ ਰੈਨਗੂ ਵੀ ਬਹੁਤ ਚੰਗੀ ਜਗ੍ਹਾ ਆ ਬਾਬ ਔਰ ਪੜਨੂ ਵੀ ਬਹੁਤ ਵਧੀਆ ਜਗ੍ਹਾ ਆ ਬਾਬ ਬਟ ਸਿਰਫ ਉਹਨਾਂ ਸਟੂਡੈਂਟਸ ਲਈ ਜਿਹੜੇ ਜੈਨੂਇਨ ਸਟੂਡੈਂਟਸ ਨੇ ਜਿਹੜੇ ਚੰਗੇ ਕਾਲਜਾਂ ਚ ਆਉਣਗੇ ਜਾਂ ਚੰਗੀ ਯੂਨੀਵਰਸਿਟੀ ਚ ਆਉਣਗੇ ਔਰ ਜਿਨ੍ਹਾਂ ਤਾਕਿ ਅਗਰ ਕੁਝ ਟਾਈਮ ਉਹਨਾਂ ਨੂੰ ਕੰਮਕਾਜ ਨਹੀਂ ਵੀ ਮਿਲਦਾ ਉਹ ਸਰਵਾਈਵ ਕਰ ਸਕਣ ਤੁਹਾਡੀ ਕਿਸ ਤਰ੍ਹਾਂ ਦੀ ਸਟੂਡੈਂਟ ਵੀਜ਼ਾ ਦੀ ਐਪਲੀਕੇਸ਼ਨ ਆ ਵਿਜ਼ਿਟਰ ਵੀਜ਼ਾ ਦੀ ਐਪਲੀਕੇਸ਼ਨ ਆ ਵਰਕ ਪਰਮਿਟ ਜਾਂ ਪੀਆਰ ਦੀ ਐਪਲੀਕੇਸ਼ਨ ਆ ਜਰੂਰ ਸਾਨੂੰ ਕੰਸਲਟ ਕਰ ਸਕਦੇ ਹੋ ਨੰਬਰ ਸਾਡੇ ਸਾਹਮਣੇ ਡਿਸਪਲੇ ਹੋ ਰਹੇ ਨੇ